ਜ਼ਿਮਨੀ ਚੋਣ ਲੜਨਗੇ ਅੰਮ੍ਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਰਾਉਕੇ। ਰਾਉਕੇ ਦੇ ਭਰਾ ਨੇ ਚੋਣ ਲੜਨ ਦਾ ਦਾਅਵਾ ਕੀਤਾ ਹੈ। ਪਹਿਲਾਂ ਕੁਲਵੰਤ ਸਿੰਘ ਰਾਉਕੇ ਦੀ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਔਰ ਇਸ ਤੋਂ ਇਲਾਵਾ ਬਾਜੇਕੇ ਨੇ ਵੀ ਗਿੱਦੜ ਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਤਾਂ ਅੰਮ੍ਰਿਤਪਾਲ ਦੇ ਸਾਥੀ ਨੇ ਕੁਲਵੰਤ ਸਿੰਘ ਰਾਉਕੇ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਸੀ ਦੇ ਤਹਿਤ ਇਹਨਾਂ ਦੇ ਉੱਪਰ ਮਾਮਲਾ ਦਰਜ ਹੋਇਆ ਹੈ ਔਰ ਇਹਨਾਂ ਦੇ ਵੱਲੋਂ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਪੋਸਟ ਵੀ ਵਾਇਰਲ ਹੋਈ ਸੀ ਕੁਲਵੰਤ ਸਿੰਘ ਰਾਉਕੇ ਨੇ, ਇਹਨਾਂ ਤੋਂ ਇਲਾਵਾ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਬਾਜੇਕੇ ਨੇ ਐਲਾਨ ਕੀਤਾ ਹੈ ਔਰ ਬਰਨਾਲਾ ਤੋਂ ਜ਼ਿਮਨੀ ਚੋਣ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਲੜਨਗੇ। ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਜਿੱਤ ਦਰਜ ਕੀਤੀ ਗਈ ਸੀਗੀ ਅਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਗਿੱਦੜਬਾਹਾ ਜ਼ਿਮਨੀ ਚੋਣ ਦੀ ਤਾਂ ਉੱਥੋਂ ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਜਿਹੜਾ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ ਕਿ ਉਹ ਜ਼ਿਮਨੀ ਚੋਣ ਗਿੱਦੜਬਾਹਾ ਲੜਨਗੇ ਅਤੇ ਉਸ ਤੋਂ ਬਾਅਦ ਮਹਾਂ ਸਿੰਘ ਕੁਲਵੰਤ ਸਿੰਘ ਰਾਉਕੇ ਹੋਰਾਂ ਦੇ ਚਾਚਾ ਜੀ ਦੇ ਬੇਟੇ ਨੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਕਿ ਭਾਈ ਕੁਲਵੰਤ ਸਿੰਘ ਰਾਉਕੇ ਜਿਹੜੇ ਨੇ ਉਹ ਬਰਨਾਲਾ ਤੋਂ ਜ਼ਿਮਨੀ ਚੋਣ ਲੜਨਗੇ। ਮਹਾਂ ਸਿੰਘ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਪੋਸਟ ਜਿਹੜੀ ਪਾਈ ਗਈ ਹੈ ਇਹਨਾਂ ਵੱਲੋਂ ਹੀ ਪਾਈ ਗਈ ਹੈ ਜਾਂ ਕੀ ਹੈ ਪੋਸਟ ਦੇ ਮਾਇਨੇ, ਕੀ ਗੱਲਬਾਤ ਜਿਹੜੀ ਹੈ ਕੁਲਵੰਤ ਸਿੰਘ ਰਾਉਕੇ ਹੋਰਾਂ ਨਾਲ ਹੋਈ ਹੈ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਨਾਲ ਹੋਈ ਹੈ, ਪੂਰੀ ਗੱਲਬਾਤ ਕਰਾਂਗੇ ਮਹਾਂ ਸਿੰਘ ਹੋਰਾਂ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਭਾਈ ਕੁਲਵੰਤ ਸਿੰਘ ਨਾਲ ਮੇਰੀ 7-8 ਦਿਨ ਤੋਂ ਇਸ ਮਸਲੇ 'ਤੇ ਗੱਲ ਹੋ ਰਹੀ ਸੀਗੀ ਅਤੇ ਹੁਣ ਉਹਨਾਂ ਨੇ ਕੱਲ੍ਹ ਮੈਨੂੰ ਫੋਨ ਲਾ ਕੇ ਯਾਨੀ ਕਿ ਐਲਾਨ ਕਰ ਦਿੱਤਾ ਕਿ ਬਰਨਾਲਾ ਤੋਂ ਜ਼ਿਮਨੀ ਚੋਣਾਂ ਉਹ ਲੜਨਗੇ। ਅਤੇ ਜ਼ਿਮਨੀ ਚੋਣਾਂ ਲੜਨ ਦਾ ਜਿਹੜਾ ਮੇਨ ਮੋਟਿਵ ਆ ਉਹ ਹੈਗਾ ਵੀ ਜਿਹੜਾ ਧੱਕਾ ਗੌਰਮੈਂਟ ਸਿੱਖਾਂ ਨਾਲ ਧੱਕਾ ਕਰ ਰਹੀ ਆ, ਕਿਉਂਕਿ 1 ਸਾਲ ਤੋਂ ਵਧਾ ਕੇ ਐਨਐਸਏ ਦੂਰੀ ਐਨਐਸਏ ਲਗਾਈ ਗਈ ਆ। ਇਹ ਕਾਨੂੰਨ ਦੇ ਵਿੱਚ ਕਦੇ ਵੀ ਨਹੀਂ ਹੋਇਆ, ਇਹ ਕਾਲੇ ਕਾਨੂੰਨ ਜੋ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਸਿੰਘਾਂ ਨੂੰ ਕਾਲੇ ਪਾਣੀ ਰੱਖਿਆ ਜਾਂਦਾ ਸੀਗਾ, ਇਹ ਇੱਕ ਤਰ੍ਹਾਂ ਦਾ ਕਾਲੇ ਪਾਣੀ ਹੈਗਾ। ਜਿਹੜੇ ਕਾਨੂੰਨਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਹੁਣੀ ਲੜਦੇ ਗਏ ਆ, ਗੋਰਿਆਂ ਨੂੰ ਗੋਰਿਆਂ ਨਾਲ ਵੀ ਇਹ ਕਾਲੇ ਕਾਨੂੰਨ ਖਤਮ ਹੋਣੇ ਚਾਹੀਦੇ ਆ, ਉਹੀ ਦੁਬਾਰਾ ਕਾਲੇ ਕਾਨੂੰਨ ਸਿੱਖਾਂ ਉੱਪਰ ਲਗਾਏ ਜਾ ਰਹੇ ਆ ਜੀ। ਅਤੇ ਇਸ ਕਰਕੇ ਸਿੱਖ ਕੌਮ ਸਾਰੀ ਸਾਥ ਦੇਵੇ ਅਤੇ ਤਾਂ ਜੋ ਆਪਣੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਰਿਹਾਅ ਹੋ ਕੇ ਆਉਣ ਅਤੇ ਜਦੋਂ ਸਾਰੇ ਦਰਵਾਜ਼ੇ ਕੋਰਟਾਂ ਕਚਹਿਰੀਆਂ ਦੇ ਬੰਦ ਹੋ ਜਾਣ ਅਤੇ ਫਿਰ ਇੱਕੋ ਰਸਤਾ ਰਹਿੰਦਾ ਉਹ ਸਿੱਖ ਕੌਮ। ਸਿੱਖ ਕੌਮ ਬਾਂਹ ਫੜੇ ਸਾਰੇ ਸਿੱਖਾਂ ਦੀ ਅਤੇ ਇਸ ਜੋ ਦਲਦਲ ਹੈਗੀ ਆ ਕਾਲੇ ਪਾਣੀ ਦੀ ਉਹਨਾਂ ਵਿੱਚੋਂ ਸਿੰਘਾਂ ਨੂੰ ਬਾਹਰ ਖਿੱਚ ਕੇ ਲੈ ਕੇ ਆਵੇ। ਮਹਾਂ ਸਿੰਘ ਜੀ, ਬਰਨਾਲਾ ਜਿਹੜੀ ਹੈ ਵਿਧਾਨ ਸਭਾ ਹਲਕਾ ਹੈ, ਉੱਥੇ ਮੀਤ ਹੇਅਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ 2 ਵਾਰੀ ਵਿਧਾਇਕ ਰਹੇ ਨੇਗੇ ਪਿਛਲੀ ਟਰਮ 'ਚ ਵੀ, ਇਸ ਵਾਰ ਵੀ, ਹੁਣ ਅਸਤੀਫਾ ਦਿੱਤਾ, ਕਿੰਨਾ ਔਖਾ ਟਫ ਫਾਈਟ ਲੱਗਦੀ ਹੈ? ਦੇਖੋ ਜੀ, ਜੇ ਸਿੱਖ ਕੌਮ ਚਾਹੇ ਤਾਂ ਕੁਛ ਵੀ ਕਹਿੰਦੇ ਹੁੰਦੇ ਆ ਨਾਮੁਮਕਿਨ ਨਹੀਂ ਹੈਗਾ। ਜੇ ਸਿੱਖ ਕੌਮ ਸਾਥ ਦੇਊਗੀ ਤਾਂ ਸਾਰੇ ਰਾਹ ਪੱਧਰੇ ਹੋ ਸਕਦੇ ਆ, ਠੀਕ ਆ। ਜਿਸ ਤਰ੍ਹਾਂ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਾਂ ਦੇ ਨਾਲ ਕੌਣ ਖੜੂਗਾ? ਜੇ ਸਿੱਖਾਂ ਦੇ ਨਾਲ ਸਿੱਖ ਹੀ ਨਹੀਂ ਖੜਨਗੇ ਤਾਂ